ਸਤ ਸ੍ਰੀ ਅਕਾਲ ਸਾਰੇ ਨੂੰ ਮਾਸਟਰ ਕੈਡਰ ਜੁਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਸਟਰ ਕੈਡਰ 41 ਕਾਟ ਭਰਤੀ ਨਾਲ ਸੰਬੰਧਿਤ ਵੇਟਿੰਗ ਲਿਸਟ ਅਤੇ ਸੈਕੰਡ ਲਿਸਟ ਨਾਲ ਸੰਬੰਧਿਤ ਬਹੁਤ ਹੀ ਅਹਿਮ ਅਪਡੇਟ ਲੈ ਕੇ ਤੁਹਾਡੇ ਲਈ ਵੀਡੀਓ 'ਚ ਹਾਜ਼ਰ ਹੋਇਆ ਇਸ ਕਰਕੇ ਜਿਹੜੇ-ਜਿਹੜੇ ਸਾਥੀ ਮਾਸਟਰ ਕੈਡਰ ਭਰਤੀ ਨਾਲ ਸੰਬੰਧਿਤ ਨੇ ਤੇ ਜੋ ਕਾਫੀ ਲੰਬੇ ਸਮੇਂ ਤੋਂ ਵੇਟਿੰਗ ਲਿਸਟਾਂ ਜਾਂ ਸੈਕੰਡ ਲਿਸਟ ਦਾ ਇੰਤਜ਼ਾਰ ਕਰ ਰਹੇ ਨੇ ਉਹੋ ਇਸ ਵੀਡੀਓ ਨੂੰ ਖਾਸ ਤੌਰ ਤੇ ਧਿਆਨ ਨਾਲ ਸੁਣਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਮੇਰਾ ਸ਼ੇਅਰ ਕਰਨ ਦਾ ਮਕਸਦ ਵੀ ਸਿਰਫ ਇੰਨਾ ਹੀ ਆ ਕਿ ਤੇ ਇਹ ਨਾ ਹੋਵੇ ਕਿ ਜਿਹੜੇ ਸਾਥੀ ਜਿਨ੍ਹਾਂ ਸਾਥੀਆਂ ਨੂੰ ਇਹ ਲੱਗਦਾ ਕਿ ਸਾਡਾ ਨੰਬਰ ਜਿਹੜਾ ਸੈਕੰਡ ਲਿਸਟ ਦੇ ਵਿੱਚ ਆ ਸਕਦਾ ਹੈ ਜਾਂ ਵੇਟਿੰਗ ਲਿਸਟ ਦੇ ਵਿੱਚ ਆ ਸਕਦਾ ਤਾਂ ਉਹ ਸਾਰੇ ਸਾਥੀ ਕਿਤੇ ਇਹ ਇਨਫੋਰਮੇਸ਼ਨ ਤੋਂ ਵਾਂਝੇ ਰਹਿ ਜਾਣ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿਉਂਕਿ ਤੁਹਾਡਾ ਛੋਟਾ ਜਿਹਾ ਐਫਰਟ ਹੈ ਤੁਹਾਡੇ ਲਈ ਜਿਹੜਾ ਉਹ ਪਲੱਸ ਪੁਆਇੰਟ ਸਾਬਤ ਹੋ ਸਕਦਾ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਸੈਕੰਡ ਲਿਸਟ ਦਾ ਇੰਤਜ਼ਾਰ ਹੈ ਕਿਉਂਕਿ ਦੇਖੋ ਜੇਕਰ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਸਬਜੈਕਟ ਟੋਟਲ 6 ਸਬਜੈਕਟ ਜਿਨ੍ਹਾਂ ਦੀ ਪਹਿਲੀ ਲਿਸਟ ਆ ਜਿਹੜੀ ਉਹ ਪਹਿਲੀ ਲਿਸਟ ਵਾਲੇ ਸਾਥੀ ਸਕੂਲ ਦੇ ਵਿੱਚ ਜਾ ਚੁੱਕੇ ਨੇ ਪਰ ਉਸ ਤੋਂ ਬਾਅਦ ਦੂਸਰੀ ਲਿਸਟ ਦੇ ਲਈ ਸਾਰੇ ਹੀ ਸਬਜੈਕਟਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਆਪਣੀ ਪ੍ਰੋਪਰ ਕੈਲਕੂਲੇਸ਼ਨ ਕਰ ਰੱਖੀ ਹੈ ਕਿ ਕਿਹਦਾ ਕਿਹਦਾ ਨੰਬਰ ਜਿਹੜਾ ਉਹ ਦੂਸਰੀ ਲਿਸਟ ਦੇ ਵਿੱਚ ਆ ਸਕਦਾ ਹੈ ਕਿੰਨੀਆਂ ਲਿਸਟਾਂ ਜਿਹੜੀਆਂ ਹਲੇ ਖਾਲੀ ਪਈਆਂ ਨੇ ਕਿੰਨੀ ਡਬਲਿੰਗ ਹੈ ਤੇ ਕਿਹੜੀ ਕੈਟਾਗਰੀ ਦੇ ਕਿੰਨੇ ਕੈਂਡੀਡੇਟ ਜਿਹੜੇ ਡਿਪਾਰਟਮੈਂਟ ਵੱਲੋਂ ਹੋਰ ਬੁਲਾਏ ਜਾਣੇ ਆ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੈਕੰਡ ਲਿਸਟ ਦੇ ਵਿੱਚ ਕਿੰਨਾ-ਕਿੰਨਾ ਦਾ ਨੰਬਰ ਆਊਗਾ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰਿਓ ਅਤੇ ਲਾਸਟ ਤੱਕ ਧਿਆਨ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਜਿਹੜੀ ਅਹਿਮ ਅਪਡੇਟ ਹੈ ਉਹਦੇ ਬਾਰੇ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ 41 ਕਟ ਮਾਸਟਰ ਕੁਕਟਰ ਭਰਤੀ ਦੀ ਦੂਸਰੀ ਲਿਸਟ ਨੂੰ ਜਾਰੀ ਕਰਾਉਣ ਦੇ ਲਈ ਯੂਨੀਅਨ ਦੇ ਵੱਲੋਂ ਜੋ ਮਾਸਟਰ ਕੁਕਟਰ 41 ਕਟ ਯੂਨੀਅਨ ਬਣੀ ਹੋਈ ਹੈ ਜਿਸ ਦੇ ਜ਼ੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਨੇ ਜੋ ਖੁਦ ୱੇਟਿੰਗ ਲਿਸਟ ਦੇ ਵਿੱਚ ਨੇ ਦੇਖੋ ਤੁਹਾਡੇ ਲਈ ਆਪਣੇ ਲਈ ਤੇ ਤੁਹਾਡੇ ਲਈ ਬਹੁਤ ਵਧੀਆ ਐਫਰਟ ਕਰ ਰਹੇ ਨੇ ਉਹ ਤੇ ਸਾਰੇ ਹੀ ਵਿਸ਼ਿਆਂ ਦੀ ਦੂਸਰੀ ਲਿਸਟ ਨੂੰ ਜਾਰੀ ਕਰਾਉਣ ਦੇ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਜਿਹੜਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਇੱਕ ਤਰੀਕ ਦਾ ਇੱਕ ਤਰੀਕ ਜਾਨੀ ਕਿ ਕੱਲ ਨੂੰ ਦਿਨ ਐਤਵਾਰ ਨੂੰ ਜਿਹੜਾ ਪੱਕਾ ਧਰਨਾ ਸਿੱਖਿਆ ਮੰਤਰੀ ਦੇ ਪਿੰਡ ਲਾਇਆ ਜਾਊਗਾ ਉਹਦੇ ਸੰਬੰਧੀ ਮੈਂ ਤੁਹਾਨੂੰ ਥੋੜਾ ਜਿਹਾ ਪਲਾਨ ਵੀ ਦੱਸ ਦਿੰਨਾ ਕਿ ਸਤਿਕਾਰਯੋਗ 41 ਕਾਡ ਦੂਸਰੀ ਸੂਚੀ ਵਾਲੇ ਸਾਥੀਓ ਦੇਖੋ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਨੂੰ ਇਸ ਕਰਕੇ ਕਿਹਾ ਸੀਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਬੱਸ ਐ ਕਿਹੜਾ ਰੂਟ ਦੇ ਥਰੂ ਬੱਸ ਜਾਊਗੀ ਕਿੰਨੇ ਕ ਕੈਂਡੀਡੇਟ ਜਾਣਗੇ ਤਾਂ ਅੰਬੌਰ ਮਲੋਟ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਰੋਡ ਤੇ ਜਿਹੜੀ ਬੱਸ ਚੱਲੂਗੀ ਤੇ ਜਾਣ ਵਾਲੇ ਸਾਥੀ ਨੇ ਜਿਹੜੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਬੱਸ ਆਪਣੀ ਰਿਕਵਾ ਸਕਦੇ ਆ ਅੰਬੌਰ ਤੋਂ ਡਾਕਟਰ ਰਣਵੀਰ ਸਿੰਘ ਬਠਿੰਡਾ ਸੁਖਜਿੰਦਰ ਜੰਦਾ ਦੇਖੋ ਮੈਂ ਨੰਬਰ ਨਹੀਂ ਕੱਲੇ-ਕੱਲੇ ਦਾ ਬੋਲਦਾ ਨੰਬਰ ਤੁਹਾਡੇ ਅੱਗੇ ਆਪੀਜ਼ ਕਿਉਂਕਿ ਸਕਰੀਨ ਤੇ ਆ ਜਾਣਗੇ ਤੇ ਮਾਨਸਾ ਬਲਕਾਰ ਮਗਾਣੀਆਂ ਮਨਪ੍ਰੀਤ ਬੋਹਾ ਤੇ ਬਰਨਾਲਾ ਤੋਂ ਸੰਦੀਪ ਸਿੰਘ ਗਿੱਲ ਸੰਗਰੂਰ ਮਹਾਵੀਰ ਪਟਿਆਲਾ ਲਵੀ ਟੰਗੀ ਟਿੰਗੀ ਤੇ ਇਹ ਜਿਹੜੀ 1 ਅਕਤੂਬਰ ਧਰਨੇ ਵਾਸਤੇ ਬੱਸ ਦਾ ਰੂਟ ਹੈ ਮਲੋੜ ਤੋਂ ਸਵੇਰੇ 6 ਵਜੇ ਬੱਸ ਨੇ ਚੱਲ ਪੈਣਾ ਸੌਰੀ ਅੰਬੋਰ ਤੋਂ ਤੇ 6:30 ਮਲੋਟ ਸਵਾ 7:30 ਬਠਿੰਡਾ 8:30 ਬਰਨਾਲਾ ਜਿਹੜਾ ਹੰਡਾਇਆ ਤੇ 9:30 ਵਜੇ ਤਕਰੀਬਨ ਸੰਗਰੂਰ ਤੇ ਸਵਾ 11 ਭਵਾਨੀਗੜ ਤੇ 11 ਵਜੇ ਪਟਿਆਲੇ ਸੌਰੀ ਸਵਾ 10 ਭਵਾਨੀਗੜ ਤਾਂ ਇਹ ਟਾਈਮ ਟੇਬਲ ਮੈਂ ਤੁਹਾਨੂੰ ਤਾਂ ਦੱਸਿਆ ਤਾਂ ਕਿ ਸਾਰੇ ਸਾਥੀਆਂ ਨੂੰ ਪਤਾ ਲੱਗ ਸਕੇ ਜੇਕਰ ਕਿਸੇ ਨੇ ਰਸਤੇ ਤੋਂ ਵੀ ਚੜਨਾ ਹੈ ਤਾਂ ਉਹ ਵੀ ਚੜ ਸਕਦਾ ਤਾਂ ਹੁਣ ਮੇਨ ਗੱਲ ਕੀ ਹੈ ਵੀ ਦੇਖੋ ਜੇਕਰ ਤੁਸੀਂ ਇੰਨਾ ਕੈਫਟ ਕਰੋਗੇ ਜਿਵੇਂ ਮਾਸਟਰ ਕੈਡਰ 41 ਘਟ ਭਰਤੀ ਦੀਆਂ ਪਹਿਲੀਆਂ ਲਿਸਟਾਂ ਮਿਲੇ ਹੋਇਆ ਸੀ ਕਿਉਂਕਿ ਸਿੱਖਿਆ ਮੰਤਰੀ ਜੀ ਜਾਂ ਡਿਪਾਰਟਮੈਂਟ ਉਹ ਤੋਂ ਵੀ ਲਿਸਟਾਂ ਨਹੀਂ ਅਪਲੋਡ ਕਰ ਰਿਹਾ ਸੀਗਾ ਤਾਂ ਸੌਰੀ ਉਹ ਜਿਹੜਾ ਆਪਣਾ ਸਕੂਲਾਂ ਦੇ ਵਿੱਚ ਜੁਆਇਨ ਨਹੀਂ ਸੀ ਕਰਾ ਰਹੇ ਲਿਸਟਾਂ ਤਾਂ ਅਪਲੋਡ ਹੋ ਗਈਆਂ ਸੀ ਤਾਂ ਜਦੋਂ ਤਿੰਨ ਦਿਨ ਨਾਲ ਹੀ ਅਨਮਿੱਥੇ ਸਮੇਂ ਲਈ ਪੱਕਾ ਧਰਨਾ ਲੱਗਿਆ ਤਾਂ ਤੀਸਰੇ ਦਿਨ ਸਿੱਖਿਆ ਮੰਤਰੀ ਵੱਲੋਂ ਉੱਥੋਂ ਹੀ ਲੈਟਰ ਜਾਰੀ ਕਰਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜ ਦਿੱਤਾ ਸੀਗਾ ਇਸ ਕਰਕੇ ਤੁਹਾਡੇ ਲਈ ਬਹੁਤ ਹੀ ਅਹਿਮ ਰਹੂਗਾ ਕਿ ਕੱਲ੍ਹ ਦੇ ਦਿਨ ਤੁਸੀਂ ਵੱਧ ਤੋਂ ਵੱਧ ਸਾਥੀ ਆ ਜਿਹੜੇ ਖਾਸ ਕਰਕੇ 41 ਕਟ ਭਰਤੀ ਦੇ ਵੇਟਿੰਗ ਲਿਸਟਾਂ ਵਾਲੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਧਰਨੇ ਦੇ ਵਿੱਚ ਜਾਓ ਤਾਂ ਕਿ ਜਿਹੜੀਆਂ ਤੁਹਾਡੀਆਂ ਵੇਟਿੰਗ ਲਿਸਟਾਂ ਨੇ ਸੈਕੰਡ ਲਿਸਟਾਂ ਨੇ ਉਹ ਜਲਦੀ ਤੋਂ ਜਲਦੀ ਜਾਰੀ ਹੋ ਸਕਣ ਅਤੇ ਦੂਸਰੇ ਸਾਥੀਆਂ ਵਾਂਗੂ ਜਿਹੜਾ ਤੁਸੀਂ ਵੀ ਆਓ ਸਕੂਲਾਂ ਦੇ ਵਿੱਚ ਜਾ ਸਕੋ ਇਸ ਕਰਕੇ ਇਹੀ ਅਪਡੇਟ ਸੀ ਅੱਜ ਦੀ ਕਿ ਕੱਲ ਨੂੰ ਜਿਹੜਾ ਧਰਨਾ ਲੱਗ ਰਿਹਾ ਹੈ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਆਨੰਦਪੁਰ ਸਾਹਿਬ ਵਿਖੇ ਉੱਥੇ ਵੱਡੀ ਗਿਣਤੀ ਵਿੱਚ ਸਾਰੇ ਸਾਥੀ ਪਹੁੰਚ ਕੇ ਆਪਣੀਆਂ ਜਿਹੜੀਆਂ ਲਿਸਟਾਂ ਨੇ ਉਹ ਜਾਰੀ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਤਾਂ ਉਹ ਮਾਸਟਰ ਕੈਟਰਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਥੈਂਕ ਯੂ ਸੋ ਮੱਚ